ਹਿਊਮਨ ਪ੍ਰੋਟੈਕਸ਼ਨ ਕਮੇਟੀ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਨੂੰ ਲੈ ਕੇ ਬਿੱਡੀ ਗੇ ਮੁਹਿੰਮ ਤਹਿਤ ਵਾਰਡ ਨੰਬਰ 38 ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਵਾਰਡ ਨੰਬਰ 38 ਵਿਖੇ ਅੱਜ 100 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਅੰਗਰੇਜ਼ ਸਿੰਘ ਚੋਲਾ ਨੇ ਕਿਹਾ ਹੈ ਕਿ ਦਿਨੋ ਦਿਨ ਵਾਤਾਵਰਨ ਦੀ ਸ਼ੁੱਧਤਾ ਵਿੱਚ ਆ ਰਹੀ ਗਿਰਾਵਟ ਅਤੇ ਗਲੋਬਲ ਵਾਰਮਿੰਗ ਸਾਨੂੰ ਵੱਡੇ ਸੰਕੇਤ ਦੇ ਰਹੀ ਹੈ ਕਿ ਜੇਕਰ ਅਸੀਂ ਵਾਤਾਵਰਨ ਦੀ ਸ਼ੁੱਧਤਾ ਲਈ ਗੰਭੀਰ ਨਹੀਂ ਹੋਵਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਸਰਦਾਰ ਚੋਲਾ ਨੇ ਇਹ ਵੀ ਦੱਸਿਆ ਹੈ ਕਿ ਹਿਊਮਨ ਪ੍ਰੋਟੈਕਸ਼ਨ ਕਮੇਟੀ ਵਾਤਾਵਰਨ ਦੀ ਸ਼ੁੱਧਤਾ ਦੇ ਮੁੱਦੇ ਨੂੰ ਲੈ ਕੇ ਗੰਭੀਰ ਹੈ ਅਤੇ ਇਸੇ ਲਈ ਬੂਟੇ ਲਗਾਉਣ ਦੀ ਮੁਹਿੰਮ ਨੂੰ ਵਾਰਡ ਪੱਧਰ ਤੋਂ ਸ਼ੁਰੂ ਕਰਕੇ ਜ਼ਿਲ੍ਹਾ ਅਤੇ ਫਿਰ ਪੰਜਾਬ ਪੱਧਰ 'ਤੇ ਬੂਟੇ ਲਗਾਓ ਜ਼ਿੰਦਗੀ ਬਚਾਓ ਦੇ ਮਿਸ਼ਨ ਨੂੰ ਅੱਗੇ ਲੈ ਜਾਵੇਗੀ। ਇੱਕ ਕਦਮ ਕੀਤਾ ਜਾ ਰਿਹਾ ਜੋ ਵਾਰਡ ਵਾਈਜ਼ ਅਸੀਂ ਦਰੱਖਤ ਜਿਹੜੇ ਆ ਲਗਾਉਣ ਜਾ ਰਹੇ ਹਾਂ, ਜਿਸ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਅਸੀਂ ਸਾਰੇ ਦੇਖ ਰਹੇ ਹਾਂ ਵੀ ਗਰਮੀ ਬਹੁਤ ਜ਼ਿਆਦਾ ਵੱਧ ਰਹੀ, ਹਵਾ ਪਾਣੀ ਜਿਹੜਾ ਪ੍ਰਦੂਸ਼ਿਤ ਹੋ ਰਿਹਾ, ਇਹ ਸਭ ਇਸ ਕਰਕੇ ਕਿ ਜਿਹੜੀ ਰੁੱਖਾਂ ਦੀ ਕਟਾਈ ਆ ਉਹ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਅਤੇ ਦੂਸਰੀ ਜਗ੍ਹਾ 'ਤੇ ਨਵੇਂ ਜਿਹੜੇ ਰੁੱਖ ਨੇ ਉਹ ਨਹੀਂ ਲਗਾਏ ਜਾ ਰਹੇ। ਅੱਜ ਹਿਊਮਨ ਰਾਈਟਸ ਕਮੇਟੀ ਨੇ ਜਿਹੜਾ ਇਹ ਉਪਰਾਲਾ ਕੀਤਾ ਅਤੇ ਵਾਰਡ ਨੰਬਰ 30 ਤੋਂ ਅੱਜ ਅਸੀਂ ਜਿਹੜਾ ਇਸ ਚੀਜ਼ ਦਾ ਉਦਘਾਟਨ ਕਰਦੇ ਹੋਏ ਵਾਰਡ ਨੰਬਰ 32 ਅਤੇ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਲੁਧਿਆਣੇ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਰੁੱਖ ਲਗਾਵਾਂਗੇ ਅਤੇ ਇਸ ਦੇ ਨਾਲ ਨਾਲ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਵੀ ਜਿਹੜੀ ਇਸ ਮੁਹਿੰਮ ਨੂੰ ਜਾਰੀ ਰੱਖਾਂਗੇ ਅਤੇ ਜਿਹੜਾ ਸੰਦੇਸ਼ ਉਹ ਇਹੀ ਆ ਕਿ ਰੁੱਖ ਲਗਾਈਏ ਅਤੇ ਰੁੱਖ ਬਚਾਈਏ, ਕਿਉਂਕਿ ਅੱਜ ਜੋ ਵੀ ਸਾਡੀ ਜਿੰਨੀ ਵੀ ਜ਼ਰੂਰਤ ਆ ਉਹ ਪੌਦਿਆਂ ਨੂੰ ਜਿੱਥੇ ਅੱਗੇ ਸਾਨੂੰ ਆਕਸੀਜਨ ਜਿਹੜਾ ਹੈਗਾ ਬੈਟਰ ਇਨਵਾਇਰਮੈਂਟ ਮਿਲਦਾ, ਜਿੱਥੇ ਹਰਿਆਲੀ ਹੋਏਗੀ ਉੱਥੇ ਹੀ ਖੁਸ਼ਹਾਲੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ ਫੌਕਸ.ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।